ਅੱਲਾ ਜੀ, ਇਹ ਕਮਰਾ ਹੋ ਗਿਆ ਖੁੱਲ੍ਹਾ। ਡਾਕਟਰ ਸਾਹਿਬ, ਕਮਰੇ ਦਾ ਕੀ ਸਾਈਜ਼ ਰੱਖਿਆ? 12x10। 12x10 ਦਾ ਹੋ ਗਿਆ, ਹੈਂ? 11x13x10। ਇਹ ਪਹਿਲੇ ਜੀ ਛੋਟਾ ਸੀ ਬਿਲਕੁਲ, ਅਤੇ ਹੁਣ ਇੱਕ ਮਿੰਟ ਠਹਿਰ। ਬੱਚਿਆਂ ਦਾ ਹਾਸਟਲ ਕਾਫੀ ਬੜਾ ਕਮਰਾ, ਜਿਹੜੇ ਰਿਹਰਸ ਕਰਨ ਵਾਲੇ ਬੱਚੇ ਉਹ ਇੱਥੇ, ਅਤੇ ਕਾਰੀ ਸਾਹਿਬ ਇੱਥੇ ਰਿਹਾਇਸ਼ ਕਰਨਗੇ। ਅਬ ਇਹ ਵਾਲੀ ਜੋ ਛੋਟੀ ਸੀ ਰਿਹਾਇਸ਼ ਥੀ ਕਾਰੀ ਸਾਹਿਬ ਕੀ, ਇਸਕੋ ਕਿਚਨ ਬਣਾ ਦਿਆ ਜਾਏਗਾ। ਇਹ ਕਾਰੀ ਸਾਹਿਬ ਸੋ ਰਹੇ ਹਾਂ ਮੇਰਾ ਖਿਆਲ ਹੈ। ਇਹ ਕਮਰਾ ਛੋਟਾ ਥਾ ਤੋ ਇਸਕੋ ਬੜਾ ਕੀਆ ਜਾ ਰਹਾ ਹੈ, ਤਾਕਿ ਯਹਾਂ ਪੇ ਕਾਰੀ ਸਾਹਿਬ ਕੀ ਰਿਹਾਇਸ਼ ਬਣ ਸਕੇ, ਔਰ ਜੋ ਬੱਚੇ ਦੂਰ ਸੇ ਆਤੇ ਹੈ ਹਿਫਜ਼ ਕਰਨੇ ਉਨਕੇ ਲੀਏ ਯਹਾਂ ਪੇ ਰਿਹਾਇਸ਼ ਕਾ ਬੰਦੋਬਸਤ ਹੋ ਸਕੇ। ਆਜ ਮੌਸਮ ਵੀ ਅੱਛਾ ਥਾ, ਬਾਰਿਸ਼ ਹੋਈ ਹੈ ਰਾਤ 12 ਵਜੇ ਸੇ ਲੇ ਕੇ, ਮਾਸ਼ਾ ਅੱਲਾਹ। ਇਹ ਸਾਰਾ ਕਚਰਾ ਜਮਾ ਹੋਇਆ, ਇਸਕੋ ਡਿਸਪੋਜ਼ ਆਫ ਕਰੇਂਗੇ। ਇਹ ਛੱਤ ਹੈ, ਪਲਸਤਰ ਹੋਣੀ ਹੈ, ਇਹ ਸਾਰਾ ਪਲਸਤਰ ਹੋਣਾ ਹੈ ਇਨਸ਼ਾਅੱਲਾਹ। ਸੀੜੀਆਂ ਕਾ ਰਸਤਾ ਨਾਲ ਖੜ ਕੇ ਕਿੰਨਾ ਉੱਚਾ ਕਰਨਾ ਹੈ, ਕਿੰਨਾ ਮਟੀਰੀਅਲ ਪੈਣਾ ਹੈ, ਕੀ ਹੋਣਾ ਕੀ ਨਹੀਂ, ਫਿਰ ਲਾਈਨ ਜਿਹੜੀ ਹੈ ਨਾ ਉਹ ਤੁਰਨੀ ਹੈ। ਚਲੋ, ਇਹ ਮਸਜਿਦ ਕੇ ਲੀਏ ਪੰਖੇ ਵੀ ਪਹੁੰਚ ਗਏ ਇਨਸ਼ਾਅੱਲਾਹ, ਜੈਸੇ ਹੀ ਟਾਇਲ ਕੰਪਲੀਟ ਹੋਤੀ ਹੈ ਤੋ ਇਹ ਵੀ ਲਗਾ ਦੀਏ ਜਾਏਂਗੇ। ਚਲੋ, ਅਬ ਦੇਖਤੇ ਹੈ ਕਿ ਟਾਇਲ ਫਲੋਰ ਟਾਇਲ ਕਿਤਨੀ ਲੱਗ ਚੁੱਕੀ ਹੈ। ਜੋ ਮਿਸਤਰੀ ਸਾਹਿਬ ਕੰਮ ਕਰ ਰਹੇ ਹੈ ਮਾਸ਼ਾਅੱਲਾਹ, ਕਿਤਨੀ ਜ਼ਬਰਦਸਤ ਲੱਗ ਰਹੀ ਹੈ। ਗ੍ਰੇ ਕਲਰ ਕੀ ਟਾਇਲ ਹੈ, ਮਾਰਬਲ ਕੀ ਤਰ੍ਹਾਂ ਲੱਗ ਰਹੀ ਹੈ ਮਾਸ਼ਾਅੱਲਾਹ। ਬਹੁਤ ਬੜੇ ਕਾਰੀਗਰ ਹੈ ਮਾਸ਼ਾਅੱਲਾਹ, ਟਾਇਲ ਲਗਾਉਣੇ ਕੇ ਹੈਡ ਮਾਸਟਰ ਹੈ। ਮਾਸ਼ਾਅੱਲਾਹ, ਆਪ ਲੱਗ ਗਈ ਹੈ ਮਾਸ਼ਾਅੱਲਾਹ, ਗ੍ਰੇਟ ਆਇਲ, ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਹ ਦੇਖੇ ਮਸਜਿਦ ਦਾ ਵਿਊ, ਫਰੰਟ ਵਾਲ ਖੂਬਸੂਰਤ ਤਰੀਨ। ਔਰ ਬਾਕੀ ਇਹ ਆਮ ਇਨਸ਼ਾਅੱਲਾਹ ਇਸ ਮਸਜਿਦ ਦੀ ਆਜ ਫਲੋਰ ਲੱਗ ਜਾਏਗੀ ਟਾਇਲ। ਸਰ ਜੀ ਅਤਾਮਦ ਚੀਮਾ ਸਾਹਿਬ ਔਰ ਡਾਕਟਰ ਜਾਵੇਦ ਸਾਹਿਬ ਡਿਸਕਸ ਕਰ ਰਹੇ ਹੈ ਕਿ ਨੈਕਸਟ ਜੋ ਸਫ਼ੇ ਹੈ ਉਨਕੀ
کی شامداری کہاں پہ کی جائے, تو جب ان شاء اللہ فائنل ہو جاتا ہے. یہ درس کا اوپر والا کمرہ جو ہے وہ مستری صاحب اوپر کام کر رہے ہیں, اس کو بھی آج انشاءاللہ کمپلیٹ کر دیا جائے گا. یہ کمرہ بالکل چھوٹا تھا, اس کو ہاسٹل ٹائپ بنایا جائے گا انشاءاللہ. یہ ٹائل پڑی ہوئی ہے, یہ برآمدے میں لگائی جائے گی. یہ والا سیلنگ کا اس کا کام کمپلیٹ ہو چکا ہے, اس میں لائٹنگ ٹائل کے بعد وہ بھی کر دی جائے گی کمپلیٹ. یہاں پہ المونیم کے خوبصورت دروازے لگائے جائیں گے. 6 فٹ کا دروازہ لگ گیا جڑا کتنے کھاتے چ نہیں آ رہا. یہ دروازے کا سائز چیک کر رہے ہیں المونیم کا. یہ دروازے کا کہاں تک لگنا ہے اونچائی اس کی چیک کر رہے ہیں. اور مقصد تو یہ تھا کہ جو فلور ٹائل ہے اس کی یہاں پہ ڈال جائے گی کہاں تک لگ سکتی ہے. یہ پھر آپ دیکھ رہے ہیں ماشاء اللہ بہت پیاری 2 صفوں کے نشان لگا دیے گئے ہیں. گرے ٹائل بہت پیاری لگ رہی ہے, جو بھی دیکھتا ہے اس کو پسند آتی ہے اور خوش ہوتے ہیں. اور نیکسٹ آپ ڈیٹ ان شاء اللہ جب یہ ہال کمپلیٹ ہوتا ہے تو آپ تک پہنچا دی جائے گی. اللہ حافظ.